ਦੇਖੋ ਐਕਸ਼ਨ ਵੱਡਾ ਛੋਟਾ ਕੁਛ ਨਹੀਂ ਹੁੰਦਾ, ਪਹਿਲੀ ਗੱਲ ਤਾਂ ਜਿਹੜੇ ਸਾਥੀ ਬੈਠਲਾਂ 'ਤੇ ਬੈਠੇ ਨੇ ਅਤੇ ਉਹਨਾਂ 'ਤੇ ਜਦੋਂ ਜਬਰ ਹੋਇਆ ਅਸੀਂ ਉਦੋਂ ਫੀਲਡ 'ਚ ਆਇਆ, ਇਹ ਅਸੀਂ ਅੱਗੇ ਫੀਲਡ 'ਚ ਆ। ਦੂਜਾ ਉਹਨਾਂ ਨੇ ਮੋਰਚੇ ਲਾਉਣ ਵਾਸਤੇ ਉਹਨਾਂ ਦੀ ਮੋਰਚਾ ਲਾਉਣ ਦਾ ਪ੍ਰੋਗਰਾਮ ਹੈ, ਜਿਸ ਜਿਵੇਂ ਮੀਂਹ ਕਿਲੇ ਵਿੱਚ ਲਾਇਆ ਸੀ ਕਿਸਾਨੀ ਦਾ ਅੰਦੋਲਨ ਦਾ ਮੋਰਚਾ, ਸਾਡੀ ਇੱਕ ਦਿਨ ਦੀ ਰੈਲੀ। ਇਸ ਕਰਕੇ ਦੋਵੇਂ ਪ੍ਰੋਗਰਾਮਾਂ ਨੂੰ ਇੱਕੋ ਜਿਹਾ ਨਾ ਦੇਖੋ, ਫਰਕ ਹੈ। ਇੱਕ ਦਿਨ ਦੀ ਰੈਲੀ ਕਰਨਾ, ਪ੍ਰਦਰਸ਼ਨ ਕਰਨਾ ਦਿੱਲੀ ਦੇ ਵਿੱਚ, ਅਸੀਂ ਬਸ ਇੱਕ ਦਿਨ ਦੇ ਪ੍ਰਦਰਸ਼ਨ ਵਾਸਤੇ ਹਾਈਲਾਈਟ ਗੱਲਾਂ ਕਰਨ ਦੀ ਸਰਕਾਰ ਦੇ ਕੰਨਾਂ 'ਚ ਪਾਉਂਦੇ ਅਤੇ ਉਹ ਮੰਗਾਂ ਜਿਹੜੀਆਂ ਮੰਗਾਂ ਸਾਡੀਆਂ ਪਿੰਡ 'ਚ ਰਹਿੰਦੇ ਉਹਦੀ ਖਿਲਾਫ ਪ੍ਰਦਰਸ਼ਨ ਕਰਨ ਦੀ ਖਾਤਰ ਅਤੇ ਉਹਨਾਂ ਸਾਥੀਆਂ ਨੇ ਮੋਰਚਾ ਲਾਇਆ ਹੋਇਆ, ਉਹਨਾਂ ਨੂੰ ਉੱਥੇ ਸੰਘੂ ਮੋਟਰ 'ਤੇ ਰੋਕਿਆ, ਜਿਹਨੂੰ ਅਸੀਂ ਕੈਰ ਜਮਹੂਰੀ ਕਹਿੰਦੇ, ਉਹਨਾਂ ਦੇ ਅਧਿਕਾਰਾਂ ਦੇ ਛਾਪਾ ਮਾਰਿਆ ਸਰਕਾਰ ਨੇ, ਉਹ ਮੂਹਰੇ ਬੈਠੇ ਨੇ, ਅਸੀਂ ਨਿੰਦਿਆ ਵੀ ਕਰਦੇ ਹਾਂ, ਜਿਹੜਾ ਉੱਥੇ ਜਬਰ ਹੋਇਆ ਉਹਦੀ ਵੀ ਨਿੰਦਿਆ ਕਰਦੇ ਹਾਂ, ਜਿਹੜਾ ਇੱਕ ਕਿਸਾਨ ਸ਼ਹੀਦ ਹੋ ਗਿਆ ਅਸੀਂ ਉਹਦੀ ਵੀ ਨਿਖੇਧੀ ਕਰਦੇ ਹਾਂ, ਉਹਦੇ ਦੋਸ਼ੀਆਂ ਨੂੰ ਨੋਮੀਨੇਟ ਕਰਕੇ ਉਹਦੀ ਸਜ਼ਾ। ਗ੍ਰਾਮ ਸਾਹਿਬ ਮੰਗਾਂ ਇੱਕੋ ਜੀ, ਇਹ ਤਾਂ ਜਥੇਬੰਦੀਆਂ ਫਿਰ ਕਿਉਂ ਇੰਨੀਆਂ ਬਣੀਆਂ ਹੋਈਆਂ ਨੇ, ਮੰਗਾਂ ਇੱਕੋ ਜਿਹੇ ਨੇ, ਕਿਸਾਨ ਇੱਕੋ ਜਿਹੇ ਨੇ, ਚੁੱਲ੍ਹਿਆਂ ਦਾ ਰੌਲਾ ਇੱਕੋ ਜਿਹਾ, ਫਿਰ ਇੰਨੀਆਂ ਜਥੇਬੰਦੀਆਂ ਰੌਲਾ ਹੈ, ਮੰਗਾਂ ਦੇ ਉੱਤੇ ਐਕਸ਼ਨ ਕਰਨ 'ਤੇ ਰੌਲਾ, ਮੰਗਾਂ 'ਤੇ ਲੜਨ ਦਾ ਰੌਲਾ, ਮੰਗਾਂ ਨੂੰ ਛੋਟੇ ਵੱਡੇ ਦੇਖ ਕੇ ਆਂਕਣ ਦਾ ਰੌਲਾ ਹੈ, ਇਹਨਾਂ ਗੱਲਾਂ 'ਤੇ ਰੌਲੇ ਬਖਰੇਵੇਂ ਹੁੰਦੇ ਆ। ਇਸੇ ਕਰਕੇ ਮਿਨੀਮਮ ਸਹਿਮਤੀ ਕਿ ਕਿੰਨਾ ਲੜ ਲਈਏ, ਕਿੱਥੇ ਲੜ ਲਈਏ, ਕਿਹੜੀ ਮੰਗ ਨੂੰ ਕਿਹੜੇ ਪਾਸੇ ਰੱਖ ਲਈਏ, ਇਹਨਾਂ ਗੱਲਾਂ 'ਤੇ ਸਹਿਮਤੀ ਕਰਕੇ ਜਿਹੜਾ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ, ਇਹ ਵੀ ਕੋਆਰਡੀਨੇਟ ਹੀ ਹੈ, ਇੱਕ ਦੂਜੇ ਨੂੰ ਕੋਆਰਡੀਨੇਟ ਕਰਨਾ, ਉਹ ਅਸੀਂ ਕਰ ਰਹੇ ਜਿਹੜੇ ਵੱਲੋਂ ਪਿੰਡ, ਇਹ ਤਾਂ ਉਹ ਸਾਥੀ ਦੇਖਣ, ਅਸੀਂ ਜਦੋਂ ਕਿਸੇ ਦੇ ਭੋਗ ਸਮਾਗਮ 'ਤੇ ਜਾਂਦੇ ਹਾਂ ਇਹਦਾ ਮਤਲਬ ਇਹ ਨਹੀਂ ਵੀ ਸਾਨੂੰ ਸ਼ਰਧਾਂਜਲੀ ਸਮਾਗਮ ਵਾਸਤੇ ਤੁਸੀਂ ਜ਼ਰੂਰ ਟਾਈਮ ਦਿਓ, ਇਹਨਾਂ ਨੇ ਦੇਖਣਾ ਟਾਈਮ ਦੇਣਾ ਕਿ ਨਹੀਂ ਦੇਣਾ, ਸਾਨੂੰ ਕੋਈ ਰੁੱਸ ਨਹੀਂ, ਸਾਨੂੰ ਕੋਈ ਗਿਲਾ ਨਹੀਂ, ਅਸੀਂ ਉਹਨਾਂ ਦੇ ਗੋਡਾ ਨਿਭਾਉਣ ਗਏ ਸੀ, ਸ਼ਹੀਦ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਗਏ ਸੀ, ਉਹ ਅਸੀਂ ਸਾਡਾ ਫਰਜ਼ ਦੀ ਪੂਰਤੀ ਕਰੇ, ਬਾਕੀ ਉਹਨਾਂ ਨੇ ਦੇਖਣਾ। ਇੱਕ ਗੱਲ ਚੱਲਦੀ ਹੈ ਪੰਜਾਬ ਦੇ ਵਿੱਚ ਕਿ ਜੋਗਿੰਦਰ ਸਿੰਘ ਉਗਰਾਹਾਂ ਅੱਜ ਵੱਡਾ ਗਰਾਊਂਡ ਤਿਆਰ ਕਰਨ ਗਏ ਨੇ, ਇੱਕ ਤਾਂ ਉਹ ਤਾਕਤ ਪ੍ਰਦਰਸ਼ਨ ਕਰਨਗੇ ਆਪਦਾ ਦਿੱਲੀ ਦੇ ਵਿੱਚ, ਅਤੇ ਦੂਸਰਾ ਕੋਈ ਵੱਡਾ ਪ੍ਰੋਗਰਾਮ ਉਲੀਕ ਕੇ ਵੱਡੇ ਮੋਰਚੇ ਦੀ ਕੋਈ ਸ਼ੁਰੂਆਤ ਕਰ ਸਕਦੇ ਨੇ ਪੰਜਾਬ, ਕੀ ਅਜਿਹਾ ਕੋਈ ਸੰਭਵ ਹੈ? ਦੇਖੋ ਸਾਂਝੇ ਮੋਰਚੇ, ਸਾਂਝੀ ਸਟੇਜ ਦੇ ਉੱਤੇ ਕੋਈ ਜਥੇਬੰਦੀ ਆਪਦਾ ਪ੍ਰੋਗਰਾਮ ਦੇਵੇ ਸੰਭਵ ਨਹੀਂ ਕਦੇ ਵੀ ਹੁੰਦਾ, ਇਹ ਹੈ ਮੰਚ, ਸੰਯੁਕਤ ਮੋਰਚੇ ਦਾ ਮੰਚ ਹੈ ਅੱਜ ਦਾ ਮੰਚ, ਉੱਥੋਂ ਸਾਡੀ ਜਥੇਬੰਦੀ ਕੋਈ ਆਪਦਾ ਪ੍ਰੋਗਰਾਮ ਲੀਕ ਕੇ ਐਲਾਨ ਕਰੇ ਇਹ ਕਦੇ ਨਹੀਂ, ਕੋਈ ਵੀ ਜਥੇਬੰਦੀ ਨਹੀਂ ਲੀਕ ਸਕਦੀ। ਹਾਂ ਸੰਯੁਕਤ ਮੋਰਚੇ ਨੇ ਇਹਨੇ ਐਲਾਨਣਾ ਅੱਜ, ਇੱਥੋਂ ਜਿਹੜਾ ਐਲਾਨ ਹੋਣਾ ਉਹ ਸਾਰਾ ਸੁਣ। ਜੋਗਿੰਦਰ ਸਿੰਘ ਉਗਰਾਹਾਂ ਅਕਸਰ ਇਸ ਮੰਚ ਦੇ ਉੱਤੋਂ ਕਹਿੰਦੇ ਨੇ ਕਿ ਮੈਂ ਆਜ਼ਾਦ ਹਾਂ ਫੈਸਲੇ ਲੈਣ ਦੇ ਲਈ, ਤੁਹਾਡੀ ਬੜੀ ਬੇਬਾਕੀ ਨਾਲ ਕਹਿੰਦੇ ਹੋ ਕਿ ਸੰਯੁਕਤ ਮੋਰਚੇ ਦੇ ਅਸੀਂ ਹਿੱਸਾ, ਪਰ ਅਸੀਂ ਆਪਣੇ ਲੈਵਲ 'ਤੇ ਫੈਸਲਾ ਲੈਣ ਲਈ ਆਜ਼ਾਦ। ਬਿਲਕੁਲ, ਜਿਹੜੀਆਂ ਕੁਛ ਸੰਯੁਕਤ ਮੋਰਚੇ ਦੀਆਂ ਸੀਮਤਾਈਆਂ ਨੇ ਉਹ ਅਸੀਂ ਕਾਇਮ ਰੱਖਦੇ ਹਾਂ, ਜਿਹੜੀਆਂ ਕੁਛ ਮੰਗਾਂ ਇਹ ਨੇ ਜਿਹੜੀਆਂ 'ਤੇ ਅਸੀਂ ਆਪਣੇ ਯਾਦ ਹਿੱਸੇ ਫੈਸਲਾ ਲੈਂਦੇ ਹਾਂ ਅਤੇ ਸੰਯੁਕਤ ਮੋਰਚੇ ਨੂੰ ਕੋਆਰਡੀਨੇਟ ਕਰਦੇ ਹਾਂ, ਦੂਜੇ ਜਥੇਬੰਦੀਆਂ ਨੂੰ ਕੋਆਰਡੀਨੇਟ ਕਰਦੇ ਹਾਂ। ਸੰਯੁਕਤ ਮੋਰਚੇ ਦੀਆਂ ਨੀਕੀਆਂ ਜਿਹੜੇ ਲੀਕੇ ਹੋਏ ਪ੍ਰੋਗਰਾਮ ਨੇ ਉਹ 'ਤੇ ਅਸੀਂ ਅਮਲੀ ਤੌਰ 'ਤੇ ਪੂਰੇ ਪ੍ਰੋਗਰਾਮ ਕਰਦੇ ਹਾਂ। ਇੱਕ ਗੱਲ ਆਖਰੀ ਹੈ ਉਗਰਾਹਾਂ ਸਾਹਿਬ, ਅੱਜ ਜੇਕਰ ਗੱਲ ਕਰ ਲਈ ਜਾਵੇ 95% ਤੋਂ ਵੀ ਉੱਪਰ ਜਿਹੜੀ ਸਟਰੈਂਥ ਹੈ ਇਸ ਗਰਾਊਂਡ ਦੇ ਵਿੱਚ, ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਹੈ, ਐਡੀ ਵੱਡੀ ਤਾਕਤ ਬਣ ਚੁੱਕਾ ਜੋਗਿੰਦਰ ਸਿੰਘ ਉਗਰਾਹਾਂ, ਹਿੰਦੁਸਤਾਨ ਦੇ 85 ਸਿਆਸੀ ਬੰਦਿਆਂ ਦੇ ਵਿੱਚ ਵੀ ਤਾਕਤਵਰ ਆਗੂ ਵਜੋਂ ਮੰਨਿਆ ਜਾਂਦਾ ਹੈ ਜੇਕਰ ਹਿੰਦੁਸਤਾਨ ਦੀ ਗੱਲ ਕਰੀਏ, ਅੱਜ ਵੀ ਤੁਸੀਂ ਆਪਣੀ ਤਾਕਤ ਦਿਖਾ ਦਿੱਤੀ ਜਥੇਬੰਦੀਆਂ ਦੇ ਵਿੱਚ, ਕਿਉਂਕਿ ਤੁਹਾਡੀ ਜਥੇਬੰਦੀ ਵਿੱਚ ਅੱਜ ਵੀ ਉਨਾ ਹੀ ਦਮ ਹੈ ਜਦਕਿ ਦੂਸਰੀ ਜਥੇਬੰਦੀਆਂ ਦੀ ਹਾਜ਼ਰੀ ਨਾ ਮਾਤਰ। ਦੇਖੋ ਸਾਥੀ, ਅਸੀਂ ਇਸ ਗੱਲ ਨੂੰ ਨਹੀਂ ਇਹ ਕਹਿ ਸਕਦੇ ਵੀ ਸਾਡੀ ਜਥੇਬੰਦੀਆਂ ਕੋਈ ਕਮਜ਼ੋਰ ਹੋ ਗਈਆਂ, ਅੱਗੇ ਸਾਥੀ ਉਹਨਾਂ ਦੇ ਆ ਰਹੇ ਆ, ਉਹ ਅਸੀਂ ਪਹਿਲਾਂ ਆ ਗਏ, ਠੀਕ ਹੈ ਗੱਲ, ਅਸੀਂ ਇਹ ਨਹੀਂ ਕਹਿ ਸਕਦੇ ਬਹੁਤ ਵੱਡੀ ਤਾਕਤ ਹੈ, ਅਸੀਂ ਜ਼ੋਰ ਲਾ ਕੇ ਆਏ ਹਾਂ ਇਹਦੇ 'ਚ, ਠੀਕ ਹੈ ਤੁਹਾਡੀ ਗੱਲ ਠੀਕ ਹੈ, ਸਾਰੀਆਂ ਜਥੇਬੰਦੀਆਂ ਆਪਦੇ ਵਿੱਤ ਮੁਤਾਬਕ ਜ਼ੋਰ ਲਾ ਕੇ ਆਉਣਗੀਆਂ, ਕਿਉਂਕਿ ਸਾਂਝਾ ਮੰਚ ਹੈ ਇਹਦੇ 'ਤੇ, ਕੋਈ ਇਹ ਮੁਕਾਬਲੇਬਾਜ਼ੀ ਨਹੀਂ ਹੈ ਕਿਸੇ ਨਾਲ, ਕੋਈ ਅਸੀਂ ਕਿਸੇ ਨੂੰ ਹਟਾਉਣਾ ਹੈ, ਕਿਸੇ ਨੂੰ ਜਿਤਾਉਣਾ ਹੈ, ਸਾਡੀ ਸਟੇਟ ਨਾਲ ਲੜਾਈ ਹੈ, ਵੱਡੀ ਹੈ, ਰਾਮਲੀਲਾ ਗਰਾਊਂਡ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ, ਇਹ ਚੋਣਾਂ ਦਾ ਸਾਲ ਹੈ, ਫਿਰ ਇਹ ਘੱਟ ਘੱਟ ਰਹਿ ਜਾਵੇ, ਇਹ ਭੀੜ ਨਾ ਹੋਵੇ, ਇਸ ਕਰਕੇ ਅਸੀਂ ਜ਼ੋਰ ਲਾਏ।
ਇੱਕ ਗੱਲ ਹੋਰ ਉਗਰਾਹਾਂ ਸਾਹਿਬ, ਮੈਂ ਦੇਰ ਰਾਤ ਤੋਂ ਕੱਲ੍ਹ ਤੋਂ ਜਦੋਂ ਤੁਹਾਡਾ ਕਾਫਲਾ ਤੁਰਦਾ ਮੈਂ ਤੁਹਾਡੇ ਕਾਫਲੇ ਦੇ ਨਾਲ ਚੱਲਿਆ, ਮੈਂ ਰੋਹਤਕ ਠਹਿਰਿਆ ਤੁਹਾਡੇ ਕਾਫਲੇ ਦੇ ਲਈ। ਜਾਪਦਾ ਬੜਾ ਹੈ, ਤੁਹਾਡੀ ਆਵਾਜ਼ ਨੂੰ ਇੱਕ ਆਦੇਸ਼ ਮੰਨਿਆ ਜਾਂਦਾ। ਤੜਕੇ ਦੀ ਗੱਲ ਕਰ ਲਈ ਜਾਵੇ ਤਾਂ 2 ਵਜੇ ਅਸੀਂ ਜਿਉਂ ਹੀ ਅੱਖ ਚਪਕਾ ਹੋਇਆ ਸਾਡਾ ਉੱਠੇ ਥੋੜ੍ਹਾ ਜਿਹਾ, ਤਾਂ ਮੰਚ ਉੱਤੋਂ ਤੁਹਾਡੀਆਂ ਵੈਨਾਂ ਰਾਹੀਂ ਅਨਾਊਂਸਮੈਂਟ ਕੀਤੀ ਗਈ ਕਿ ਤਿਆਰੀ ਹੋ ਜਾਓ ਦਿੱਲੀ ਜਾਣਾ। ਜਦ ਨੂੰ ਅਸੀਂ ਕੈਮਰੇ ਕੁਮਰੇ ਕੱਢੇ, ਜਦ ਤੱਕ ਤਾਂ ਤੁਹਾਡੇ ਜਿਹੜੇ ਕਾਰਕੁਨ ਸੀ ਉਹਨਾਂ ਨੇ ਸਾਰਾ ਸਮੇਟ ਕੇ ਬੱਸਾਂ ਵਿੱਚ ਵੀ ਉਹ ਜਾਵੜੇ। ਕਿੱਦਾਂ ਦਾ ਜਾਪਦਾ, ਕਿਸ ਤਰ੍ਹਾਂ ਇਹਨਾਂ ਨੂੰ ਸ਼ਾਸਨ ਕਿਸ ਤਰ੍ਹਾਂ ਸਿਖਾਉਣੇ? ਦੇਖੋ ਸਾਥੀ, ਇਹ ਮਿਹਨਤ ਦਾ ਸਿੱਟਾ ਹੈ। ਅਸੀਂ ਇਹਨਾਂ ਦੀਆਂ ਸਾਡੀਆਂ ਤਕਰੀਬਨ ਮਹੀਨੇ ਦੇ ਵਿੱਚ ਇੱਕ ਅੱਧੀ ਸਿੱਖਿਆ ਮੀਟਿੰਗ ਜ਼ਰੂਰ ਹੁੰਦੀ ਹੈ। ਅਸੀਂ ਕਹਿੰਦੇ ਵੀ ਜਿਹੜੀਆਂ ਫੌਜਾਂ ਦਾ ਜਾਪਦਾ ਨਹੀਂ ਉਹ ਲੜ ਨਹੀਂ ਸਕਦੀਆਂ। ਫੌਜਾਂ ਜਿਹੜੀਆਂ ਦਾ ਲੜਨ ਦਾ ਤਰੀਕਾ ਘੱਟ ਨੇ ਜਾਂ ਵੱਧ, ਇਹਦੀ ਜਾਪਦਾ ਹੋਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਅਸੀਂ ਇਹ ਡਿਸਪਲਿਨ ਜਿਹੜੇ ਇਹਨਾਂ ਨੂੰ ਸਿਖਾਉਂਦੇ ਹਾਂ ਪਹਿਲਾਂ ਤੋਂ ਸਿਖਾਇਆ, ਇਸ ਕਰਕੇ ਕਿਉਂਕਿ ਹਰ ਇੱਕ ਮਹੀਨੇ ਦੇ ਵਿੱਚ ਕਿਸੇ ਵੀ ਮੁੱਦੇ 'ਤੇ ਜਿਹੜੇ ਵੀ ਮੁੱਦੇ ਨੂੰ ਹੱਥ ਪਾਉਣਾ ਸੀ, ਉਹ ਮੁੱਦੇ ਦੀ ਪਹਿਲਾਂ ਵੱਡੀ ਸਿੱਖਿਆ ਮੀਟਿੰਗ ਹੁੰਦੀ ਹੈ। ਮੁੱਦੇ ਕੀ ਨੇ, ਇਹ ਲੜੇ ਕਿੱਥੇ ਤੱਕ ਜਾਣਗੇ, ਇਹ ਕੀ ਹਾਸਲ ਕਰ ਲਾਂਗੇ, ਇਹਦੇ 'ਚੋਂ ਜਥੇਬੰਦੀ ਦਾ ਕੀ ਦਾ ਫਾਇਦਾ ਹੋਊ, ਆਮ ਜਥੇਬੰਦੀਆਂ ਨਾਲ ਸਾਂਝ ਕਿਵੇਂ ਪੁੱਗੂਗੀ, ਉਹ ਸਾਰੀਆਂ ਗੱਲਾਂ ਅਸੀਂ ਹੇਠਾਂ ਤੱਕ ਲੈ ਕੇ ਜਾਂਦੇ ਹਾਂ ਜਿਹੜੀਆਂ ਤੁਹਾਨੂੰ ਪਤਾ। ਜਦੋਂ ਅਸੀਂ ਇਹਨਾਂ 'ਤੇ ਜਾਇਜ਼ ਠੀਕ ਬਣਾਉਂਦੇ ਹਾਂ, ਉਹ ਜਾਇਜ਼ਾਂ 'ਤੇ ਜਦੋਂ ਅਸੀਂ ਪੂਰਾ ਉਤਰਦਾ ਘੋਲ, ਫਿਰ ਲੋਕਾਂ ਦੇ ਵਿੱਚ ਵਿਸ਼ਵਾਸ ਵੱਜਦਾ। ਇਸ ਕਰਕੇ ਸਾਡਾ ਲੀਡਰਾਂ ਦਾ ਸਾਡੀ ਜਨਤਾ ਨਾਲ, ਜਨਤਾ ਦਾ ਸਾਡੇ ਨਾਲ ਭਰੋਸਾ ਬੱਝਿਆ ਹੋਇਆ ਹੈ। ਇਸ ਕਰਕੇ ਜਿਹੜੀ ਗੱਲ ਅਸੀਂ ਕਹਿੰਦੇ ਹਾਂ ਵੀ ਤੁਸੀਂ ਐਂ ਕਰ ਲਓ ਭਾਈ, ਉਹ ਲੋਕ ਮੰਨ ਲੈਂਦੇ ਨੇ। ਅਸੀਂ ਜਦੋਂ ਕੋਈ ਫੈਸਲਾ ਕਰ ਲੈਂਦੇ ਹਾਂ ਵੀ ਸਾਡਾ ਇਕੱਠ ਇੰਨਾ ਹੁੰਦਾ, ਉਹਨੂੰ ਲੋਕ ਪੂਰਾ ਲਾਉਂਦੇ ਨੇ। ਪਰ ਲੋਕਾਂ ਦੇ ਮਨਾਂ ਦੇ ਵਿੱਚ ਕੀ ਗੱਲ ਪਈ ਹੈ ਉਹਨੂੰ ਅਸੀਂ ਬੁੱਝ ਕੇ ਫੈਸਲਾ ਕਰਦੇ ਹਾਂ, ਉਹਨਾਂ ਦੇ ਮਨ ਦਾ ਫੈਸਲਾ ਹੁੰਦਾ। ਇਸ ਕਰਕੇ ਸਾਡਾ ਜਿਹੜਾ ਰਿਸ਼ਤਾ ਹੈ ਕੇਡਰ ਦਾ ਅਤੇ ਲੀਡਰ ਦਾ, ਉਹ ਪਿਆਰਾ ਅਤੇ ਭਾਈਚਾਰਕ ਹੈ ਛੋਟੇ ਵੱਡੇ ਭਰਾਵਾਂ। ਕਈ ਲੋਕ ਤਾਂ ਕਹਿੰਦੇ ਨੇ ਅਗਰਾਹ ਸਾਹਿਬ ਆਰਮੀ ਚੋਂ ਆਏ ਨੇ, ਕਹਿੰਦੇ ਅਨੁਸ਼ਾਸਨ ਸਿੱਖ ਕੇ ਆਏ ਨੇ, ਅੱਗੇ ਉਹੀ ਅਨੁਸ਼ਾਸਨ ਉਹਨਾਂ ਦਾ ਕਾਇਮ ਹੈ। ਆਰਮੀ ਦਾ ਮੇਰੇ ਮੂੰਹ ਹੀ ਨਹੀਂ ਪਸੰਦ, ਮੈਂ ਤਾਂ ਆਰਮੀ ਦੇ ਵਿੱਚ ਰਹੀ ਬਹੁਤ ਥੋੜ੍ਹੇ ਦਿਨਾਂ, ਮੇਰੇ ਨਹੀਂ ਆਰਮੀ ਦਾ ਡਿਸਪਲਿਨ ਕੋਈ ਪਸੰਦ। ਇਹ ਕੋਈ ਮੇਰਾ ਨਹੀਂ ਨਾਲੇ ਇਕੱਲੇ ਦਾ, ਇਹ ਤਾਂ ਸਾਡੀ ਤਾਂ ਬਹੁਤ ਵੱਡੀ ਟੀਮ ਹੈ। ਆਹ 15 ਬੰਦੇ ਤਾਂ ਅਸੀਂ ਤੁਹਾਡੇ ਆਲੇ ਦੁਆਲੇ ਬੈਠੇ ਹਾਂ, ਸਾਡੀ ਟੀਮ ਹੈ, ਸਾਡੇ ਘੱਟੋ ਘੱਟ 40 ਲੀਡਰ ਨੇ। ਇਹਨਾਂ ਨੂੰ ਭਲਾ ਜਗਿੰਦਰ ਉਗਰਾਹਾਂ ਇਕੱਲਾ ਕਿਵੇਂ ਕੰਟਰੋਲ ਕਰ ਲੂ? ਮੈਂ ਕੁਛ ਵੀ ਨਹੀਂ ਹਾਂ, ਸਾਡੀ ਜਥੇਬੰਦੀ ਦਾ ਸਿਧਾਂਤ ਹੈ ਜੋ ਉਹੀ ਵਸਾਰਾ ਕੁਛ ਹੈ। ਸਿਧਾਂਤ 'ਤੇ ਜਦੋਂ ਪਹਿਰਾ ਦਿੰਦੇ ਹਾਂ ਉਹਦੇ ਸਿੱਟੇ ਚੰਗੇ ਨਿਕਲਦੇ ਨੇ। ਇਸ ਕਰਕੇ ਨਾ ਜਿਹੜਾ ਮੂਹਰਲਾ ਬੰਦਾ ਹੁੰਦਾ ਉਹਦਾ ਨਾ ਹੋ ਜਾਂਦਾ, ਇੰਨੀ ਕੁ ਗੱਲ ਹੈ। ਅੱਜ ਮੈਨੂੰ ਇਹ ਹਟਾ ਦੇਣ, ਕੱਲ੍ਹ ਨੂੰ ਮੈਨੂੰ ਤਾਂ ਕਿਸੇ ਨੇ ਦਿਹਾੜੀ 'ਤੇ ਨਹੀਂ ਲੈ ਕੇ ਜਾਣਾ।